ਪਹੁੰਚ ਗਏ ਝਾਂਸੀ 'ਚ ਅਤੇ ਅੱਜ ਆਪਾਂ ਤੁਹਾਨੂੰ ਦਿਖਾਉਣਾ ਸੋਨਾਲੀਕਾ 745 4x4 ABC 3 ਸਪੀਡ ਟਰੈਕਟਰ। ਇਹ ਹੁਣ ਲਾਂਚ ਕੀਤਾ ਸਪੈਸ਼ਲ ਆਲੂਆਂ ਲਈ। ਪਹਿਲਾਂ 2 ਸਪੀਡ ਸੀ, ਉਹ ਚੱਲਦਾ ਸੀ, ਆਪਣੇ ਪਿੰਡ ਵੀ ਵਿਕੇ ਹੋਏ ਨੇ, ਵਧੀਆ ਟਰੈਕਟਰ ਚੱਲਦਾ। ਹੁਣ ਇਹ 3 ਸਪੀਡ ਆ ਗਿਆ। ਇਹਦੇ ਬੈਕ ਟਾਇਰ ਹੈਗੇ ਨੇ 13/6 ਅਤੇ ਫਰੰਟ ਹੈਗੇ ਨੇ 8/18 ਦੇ, ਅਤੇ ਆ ਬੈਕ ਹੈਗੇ 13/6। ਇਹਦਾ ਫਾਇਦਾ ਇਹ ਆ, ਇਹਦੇ ਟਾਇਰ ਚੇਂਜ ਕਰਨ ਦੀ ਕੋਈ ਲੋੜ ਨਹੀਂ ਪੈਂਦੀ। ਜਿਵੇਂ ਖੇਤ ਆਪਾਂ ਆਲੂਆਂ ਵਾਲੀ ਮਸ਼ੀਨ ਜਿਹੜੀ ਮਰਜ਼ੀ ਚਲਾਉਣੀ ਹੋਵੇ ਸਾਰੀ ਚੱਲੂਗੀ। ਅਤੇ ਗੱਲ ਕਰੀਏ ਆਪਾਂ ਨੂੰ ਇਹਨੂੰ ਚੁੱਲ੍ਹਾ ਆਉਂਦਾ ਹੈ 40-45 ਕਿਲੋ ਦਾ, ਇਹ ਆ ਵੇਟ ਦੀ ਜੇ ਲੋੜ ਨਹੀਂ। ਫਰੰਟ ਐਕਸਲ ਉਹ ਫੁੱਲ ਹੈਵੀ 'ਚ ਦੇਖੋ, ਐਨ ਪੂਰਾ ਮਜ਼ਬੂਤ ਹੈ। ਮੂਹਰੇ ਵੇਟ ਬੂਟ ਲਾਉਣਾ ਕੋਈ ਟੈਨਸ਼ਨ ਨਹੀਂ, ਨਾ ਮਰਜ਼ੀ ਤੁਸੀਂ ਲਾ ਸਕਦੇ ਹੋ। ਅਤੇ ਜਿਵੇਂ ਹੁਣ ਬੜੀਆਂ ਮਸ਼ੀਨਾਂ ਆਉਂਦੀਆਂ ਨੇ, ਗਰੀਮੇ ਵਾਲੀਆਂ ਆਉਂਦੀਆਂ ਨੇ, ਉਹ ਮਗਰੋਂ ਚੱਕ ਦਿੰਦੀਆਂ ਟਰੈਕਟਰ ਨੂੰ। ਇਹਨੂੰ ਕੋਈ ਫਰਕ ਨਹੀਂ ਪੈਂਦਾ, ਤੁਸੀਂ ਇਹ ਮਰਜ਼ੀ ਜਿਹੜੀ ਮਰਜ਼ੀ ਮਸ਼ੀਨ ਪਾਓ, ਮਗਰ ਪੂਰੀ ਕਾਮਯਾਬ ਆ। ਫਰੰਟ ਟਾਇਰ ਇਹਦੇ MRF ਦੇ 8/18 ਦੇ, ਰਿਮ ਦੇਖੋ ਕਿੰਨਾ ਘੈਂਟ ਬਣਾਇਆ ਵਿਆਹ, ਪੂਰਾ ਬਹੁਤ ਸੋਹਣੀ ਲੁੱਕ ਲੱਗਦੀ ਇਹਦੀ, ਨਹੀਂ ਤਾਂ ਦੇਸੀ ਜਿਹਾ ਲਾ ਦਿੰਦੇ ਨੇ, ਇਹਨੇ ਪੂਰਾ ਘੈਂਟ ਬਣਾਇਆ ਵਿਆਹ। ਅਤੇ 55 ਲੀਟਰ ਦਾ ਡੀਜ਼ਲ ਟੈਂਕ, ਇਲੈਕਟ੍ਰੋਨਿਕ ਮੀਟਰ ਸਾਰੇ, ਠੀਕ ਆ ਜੀ। ਆਹ ਸੁੱਚਾ ਸਾਚਾ ਨੇ ਪੂਰੀ ਆਣ, ਇੰਡੀਕੇਟਰ ਵਾਲੀਆਂ ਨੇ। ਅਤੇ ਆ ਇਹਦੇ 5-4 ਗੇਅਰ ਨੇ, 1 ਰਿਵਰਸ, 4 ਫੋਰਵਰਡ, ਲਿਫਟ ਆ ਗਈ, ਠੀਕ ਆ ਜੀ। ਐਨ ਪੂਰਾ ਖੁੱਲ੍ਹਾ ਡੁੱਲਾ ਪਲੇਟਫਾਰਮ ਆ, ਪੂਰਾ ਕੰਫਰਟੇਬਲ ਆ। ਅਤੇ ਮਗਰ ਇਹ ਲਾਈਟ ਪੂਰੀ ਵਧੀਆ, ਨੰਬਰ ਪਲੇਟ ਆ ਗਈ। ਅਤੇ ਇਹਦੀ ਜਿਹੜਾ ਹੁਣ ਨਵਾਂ ਇਹ ਆਇਆ, ਇਹਦੀ ਲਿਫਟ ਕੰਪੈਸਿਟੀ ਵਧਾ ਤੀ ਕੰਪਨੀ ਨੇ, ਉਹ ਤਾਂ ਵਧਾਈ ਹੈ ਕਿਉਂਕਿ ਮਸ਼ੀਨਾਂ ਹੁਣ ਵੱਡੀਆਂ ਆ ਰਹੀਆਂ ਨੇ, ਉਹਦੇ ਕਰਕੇ ਟਰੈਕਟਰ ਲਿਫਟ ਨਹੀਂ ਚੱਕਦੇ, ਫਿਰ ਵਾਲੇ ਨੂੰ ਐਕਸਟਰਾ ਜੈਕ ਲਵਾਉਣਾ ਪੈਂਦਾ, ਉਹਦੇ ਕਰਕੇ ਕੰਪਨੀ ਨੇ ਇਹਦਾ ਸਲਿਊਸ਼ਨ ਕਰਿਆ। ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ, ਆਹ ਦੇਖੋ ਪੂਰਾ ਐਨ ਵਧੀਆ, ਐਨ ਪੈਪ ਲੱਗੇ ਹੋਏ ਨੇ, ਕੰਫਰਟੇਬਲ ਸੀਟ ਆ ਪੂਰੀ, ਐਨ ਇੰਡੀਕੇਟਰ ਪੂਰੇ ਸੋਹਣੇ ਨੇ। ਅਤੇ ਬੈਕ ਟਾਇਰ ਵੀ MRF ਦੇ ਰਹੇ ਨੇ ਜੀ, ਕੰਪਨੀ ਆ JK ਦੇ, ਜੌਨ ਡੀਅਰ ਹੋ ਗਿਆ, ਹੋਰ ਹੋ ਗਿਆ, ਬਹੁਤ ਕੰਪਨੀਆਂ ਹੋਰ ਕੰਪਨੀਆਂ ਉਹਦੀਆਂ ਪਾਈ ਜਾਂਦੀਆਂ ਨੇ। ਰਿਵਰਸ ਬਰੇਕ ਨੇ ਇਹਦੇ ਪੂਰੇ, ਹਨ ਕੋਈ ਇਹ ਨਹੀਂ ਬਰੇਕਾਂ ਦੀ ਕੋਈ ਪ੍ਰੋਬਲਮ ਆ, ਠੀਕ ਹੈ। ਸਾਈਡ ਸਿਸ਼ਾ ਆ ਗਿਆ ਅਤੇ EGR ਇਹ 'ਚ ਲੱਗਿਆ ਵਿਆ, ਅਤੇ 3 ਸਿਲੰਡਰ ਇੰਜਣ ਆਏ। ਅਤੇ ਇੱਕ ਇਹਦੀ ਇਹ ਪ੍ਰੋਬਲਮ ਸੀ, ਉਰੇ ਸਾਵਟ ਦੇ ਕਵਰ ਨਹੀਂ ਆਉਂਦਾ ਸੀ, ਕੰਪਨੀ ਨੇ ਉਹ ਵੀ ਸਾਰੀ ਦੂਰ ਕਰਤੀ, ਐਨ ਪੂਰੀ ਪ੍ਰੋਪਰ ਕਵਰ ਆ, ਸਾਰੀ ਸਾਵਟ ਦੇਖੋ ਸਿਰੇ ਤੋਂ ਲੈ ਕੇ ਸਿਰੇ ਤੱਕ, ਕੋਈ ਇਹਦਾ ਥੱਲੇ ਫਸਣ ਦਾ ਪ੍ਰੋਬਲਮ ਨਹੀਂ। ਪੂਰਾ ਐਨ ਚੈੱਕ ਸਿਸਟਮ ਘੈਂਟ ਲੱਗਿਆ ਵਿਆ, ਆਹ ਰੋਕਣ ਲਈ ਸਟੈਂਡ ਵੀ ਲਾਇਆ ਵਿਆ, ਤੁਸੀਂ ਸਟੈਂਡ ਲਾ ਸਕਦੇ ਹੋ, ਠੀਕ ਆ ਜੀ। ਏਅਰ ਫਿਲਟਰ ਪੂਰਾ ਵਧੀਆ, MRF ਦੀ ਬੈਟਰੀ ਆ ਪੂਰੀ ਰਹਿਣ ਨਾਲ, ਐਨ ਆਹ ਚੀਜ਼ ਬੜੀ ਘੈਂਟ ਬਣਾ ਤੀ। ਅਤੇ 3 ਸਿਲੰਡਰ ਇੰਜਣ ਹੁਣ ਦੱਸਤਾ ਸੀ ਪੂਰਾ। ਪੂਰਾ ਵਿਕ ਰਿਹਾ ਟਰੈਕਟਰ ਇਹ, ਜਿਹਨੇ ਮਤਲਬ 45 HP ਦੇ ਟਰੈਕਟਰ ਤੋਂ 55 HP ਦਾ ਕੰਮ ਕਰਦਾ ਹੈ ਕਿ ਨਹੀਂ। ਬਾਕੀ ਹਰੇਕ ਦੀ ਆਪਦੀ ਆਪਦੀ ਸੋਚ ਆ, ਕਿਸੇ ਨੂੰ ਵੱਡੇ ਵਧੀਆ ਲੱਗਦੇ, ਕਿਸੇ ਨੂੰ ਛੋਟੇ ਵਧੀਆ ਲੱਗਦੇ ਨੇ। ਇਹ ਟਰੈਕਟਰ ਘੱਟ ਡੀਜ਼ਲ 'ਚ ਵੱਧ ਕੰਮ ਕਰੂਗਾ। ਖੜਾ ਆਪਣੇ ਨਾਲ ਦਾ 750, ਇਹਨੂੰ 14 ਬੈਕ ਟਾਇਰ ਨੇ, ਮੂਹਰਲੇ 750 16 ਦੇ ਨੇ। ਇਹ 55 ਕੈਟਾਗਰੀ ਦਾ, ਉਹ 50 ਕੈਟਾਗਰੀ ਦਾ।
ਤੇ ਇਹਨੂੰ ਸੇਮ ਇਹ ਵਿੱਚ ਇਹ 4 ਸਿਲੰਡਰ ਇੰਜਣ ਆ, ਠੀਕ ਆ ਜੀ, ਤੇ 14 ਟਾਇਰ ਬੈਕ ਨੇ, ਬਾਕੀ ਸਿਸਟਮ ਸਾਰਾ ਸੇਮ ਆ, ਸ਼ੋਅ ਉਹੀ ਆ, ਇਹ ਵੀ ਜੀ ਆਰ ਲੱਗਿਆ ਹੋਇਆ ਇਹਨੂੰ ਵੀ। ਇਹ ਦੇਖੀਏ ਕਿਹੜਾ, ਇਹਦੀ ਵੀ ਹਾਈ, ਇਹ ਤਾਂ ਹਾਈ ਲੋਅ ਆ, ਠੀਕ ਆ ਜੀ। ਤੇ ਹੁਣ ਇਹ ਉਹਦੇ ਵਾਲਾ ਵੀ ਆਉਣ ਲੱਗ ਗਿਆ, ਸ਼ਟਲ ਗੇਅਰ ਵਾਲਾ, ਪਰ ਇਹ ਸਿੰਪਲ ਆ। ਇਹ ਵੀ ਡਾਕਟਰ ਘੈਂਟ ਆ, ਬਹੁਤ ਵਿਕ ਰਿਹਾ, 750 ਪਹਿਲੇ ਦਿਨ ਤੋਂ ਹੀ ਬਹੁਤ ਵਿਕਦਾ ਇਹਨਾਂ ਦਾ, ਵਧੀਆ ਪੂਰੀ ਐਨ ਵਧੀਆ, ਤੇਲ ਖਪਤ ਵਧੀਆ। ਪਰ ਆ ਜਿਹੜਾ ਨਵਾਂ ਹੈ ਇਹ ਘੈਂਟ ਆ, ਨਵੇਂ ਲੋਕਾਂ ਦੀ, ਨਵੇਂ ਮੁੰਡਿਆਂ ਦੀ ਨਵੀਂ ਪਸੰਦ ਆ। ਸਟੇਅਰ ਨੂੰ ਸਿੰਗਲ ਰਾਡ ਆ, ਡਬਲ ਨਹੀਂ ਹੈਗੀ, ਇਹਨੂੰ ਸਿੰਗਲ ਰਾਡ ਲੱਗੀ ਵੀ ਆ, ਜੈਕ ਸਿਸਟਮ, ਕਿਉਂਕਿ 4x4 ਕਰਕੇ ਐਡਾ ਕੋਈ ਜ਼ਰੂਰੀ ਵੀ ਨਹੀਂ। ਬਾਕੀ ਕੰਪਨੀ ਦੀ ਆਪਦੀ ਥਿਊਰੀ ਆ, ਸਿੰਗਲ ਵੀ ਲਾ ਸਕਦੀ ਆ, ਡਬਲ ਵੀ ਲਾ ਸਕਦੀ ਆ, ਇਹ 'ਚ ਕੋਈ ਐਡਾ ਉਹ ਨਹੀਂ। ਵਧੀਆ ਇੰਡੀਕੇਟਰ ਨੇ, ਨਿਊ ਡਿਜ਼ਾਇਨ, ਅਤੇ ਅੱਗੇ ਪਿੱਛੇ ਹੋਣ ਵਾਲੀ ਸੀਟ ਐਨ ਕੰਫਰਟੇਬਲ ਆ ਪੂਰੀ, ਠੀਕ ਆ ਜੀ। ਅਤੇ ਆ ਇਹਦਾ ਗੇਅਰ ਆ 4x4 ਦਾ, ਇਹਨੂੰ ਉੱਤੇ ਚੱਕ ਕੇ ਲੱਗ ਜਾਂਦਾ, ਥੱਲੇ ਨੂੰ ਕਰਕੇ ਹਟ ਜਾਂਦਾ। ਇੱਧਰ ਸੇਮ 4x4 ਵਾਲਾ, ਇੱਧਰ ਸੇਮ ਬ੍ਰੇਕਾਂ ਵਾਲਾ, ਇਹ ਬ੍ਰੇਕ ਸਿਸਟਮ ਆ, ਇਹਨੂੰ ਚੱਕ ਕੇ ਹੈਂਡ ਬ੍ਰੇਕ ਲੱਗਦੇ ਨੇ, ਹੈਂਡ ਬ੍ਰੇਕ ਆ ਇਹ। ਉੱਧਰੋਂ ਦੋਨੇ ਸੇਮ ਨੇ, ਪਰ ਉਹ ਅਲੱਗ ਆ, ਇਹ ਅਲੱਗ ਆ। ਟਰੱਕ ਵੀ ਕੰਪਨੀ ਪਹਿਲੇ ਦਿਨ ਤੋਂ ਵਧੀਆ ਦਿੰਦੀ ਆ, ਸੁਣ ਲੀਕਾ ਨਹੀਂ ਤਾਂ ਮਾਤਾ ਨਾ ਹੋਇਆ, ਇਹ ਫਿਰ ਵੀ ਵਧੀਆ ਬਣਾ ਕੇ ਦਿੰਦੇ ਨੇ। ਹੈਵੀ ਆ ਡੰਡਾ ਹੋ ਗਿਆ, ਠੀਕ ਆ, ਡਰਾਵਲ ਡਰੂਵਲ ਵਧੀਆ ਸਿਸਟਮ ਆ ਹਨ ਵੀ। ਜੇ ਤੁਸੀਂ ਇਹ ਟਰੈਕਟਰ ਲੈਣਾ ਤਾਂ ਤੁਹਾਨੂੰ, ਮੈਂ ਕਈ ਟਰੈਕਟਰ ਲੈਂਦੇ ਆਪਾਂ, ਉਹਨਾਂ ਦੇ ਮੂਹਰੇ ਫਰੰਟ ਵੇਟ ਲਾਉਣਾ ਪੈਂਦਾ, ਮਾਗਰ ਵੇਟ ਲਾਉਣਾ ਪੈਂਦਾ, ਇਹਦੀ ਕੋਈ ਪ੍ਰੋਬਲਮ ਨਹੀਂ, ਤੁਸੀਂ 4x4 ਟਰੈਕਟਰ ਲੈ ਕੇ ਇੱਦਾਂ ਹੀ ਚਲਾ ਸਕਦੇ ਹੋ, ਚੱਲਦੇ ਨੇ। ਨਹੀਂ ਕਈ ਕੰਪਨੀਆਂ ਟਰੈਕਟਰ ਨੇ ਫਰੰਟ ਵੇਟ ਲਵਾਓ ਜੀ, ਬੈਕ ਵੇਟ ਲਵਾਓ ਤਾਂ ਚੱਲਦੇ ਨੇ, ਪਰ ਇਹਨੂੰ ਇੱਦਾਂ ਕੋਈ ਚੱਕਰ ਨਹੀਂ, ਇਹਨੂੰ ਇੱਦਾਂ ਹੀ ਚਲਾ ਸਕਦੇ ਤੁਸੀਂ ਜਿੱਦਾਂ ਮਰਜ਼ੀ। 13 ਹਲਾਂ ਨੂੰ ਬਸ ਅਸੀਂ ਡੈਮੋ ਦੇਖੀ ਆ, ਬਹੁਤ ਵਧੀਆ ਟਰੈਕਟਰ ਆ, ਘੱਟ ਰੇਟ 'ਚ ਵਧੀਆ ਚੀਜ਼। ਮੈਂ ਤਾਂ ਮਹਿੰਗੇ ਤੋਂ ਮਹਿੰਗੇ ਪਏ ਨੇ, ਜਿੰਨੇ ਮਰਜ਼ੀ ਤੁਸੀਂ ਮਹਿੰਗੇ ਲੈ ਸਕਦੇ ਹੋ, ਪਰ ਘੱਟ ਰੇਟ 'ਚ ਵਧੀਆ ਚੀਜ਼ ਲੈਣੀ ਆ, ਛੋਟੀ ਖੇਤੀ ਵਾਲਾ ਬੰਦਾ ਲੈ ਸਕਦਾ, ਜ਼ਰੂਰੀ ਜੀ ਵੱਡਾ ਟਰੈਕਟਰ ਲਓ। ਛੋਟਾ ਟਰੈਕਟਰ ਵੱਡੇ ਕੰਮ ਕਰ ਦਾਂਗਾ, ਉਹ 4x4 ਨਾਲ ਖਿਚਾਈ ਬਹੁਤ ਵੱਜਦੀ ਆ ਟਰੈਕਟਰ ਦੀ, ਉਹਦੇ ਕਰਕੇ ਜਿਹੜਾ ਉਹ ਬਾਹਰੇ ਖੜਾ 750 ਆ ਉਹ ਮੇਰੇ ਕੋਲ ਉਹਦੇ ਨਾਲ ਦਾ, ਉਹਦੇ ਨਾਲ ਵੱਧ ਕੰਮ ਇਹ ਕਰਦਾ, ਪਾਵਰ ਘੱਟ ਆ ਪਰ ਟੈਕਨੀਕ ਨਿਊ ਕਰਕੇ ਇਹਦਾ ਫਰਕ ਬਹੁਤ ਆ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਰੇ ਕਿੱਦਾਂ ਲੱਗੀ ਵੀਡੀਓ, ਸੁਣਨ ਲਈ 745 ਦੀ, ਠੀਕ ਆ ਜੀ। ਅਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਮੇਰੇ ਵੀਰ ਜਿਹੜੇ ਨਵੇਂ ਆਏ ਨੇ ਚੈਨਲ 'ਤੇ, ਤਾਂ ਇੱਦਾਂ ਹੀ ਆਪਾਂ ਟਰੈਕਟਰਾਂ ਦੀਆਂ ਵੀਡੀਓ ਪਾਉਂਦੇ ਰਹਾਂਗੇ, ਹਰੇਕ ਟਰੈਕਟਰ ਦੀ ਪਾਵਾਂਗੇ, ਆਪਾਂ ਨੂੰ ਕੋਈ ਉਹ ਨਹੀਂ ਵੀ ਆਹ ਨਹੀਂ ਪਾਉਣੀ ਉਹ ਨਹੀਂ ਪਾਉਣੀ, ਸਾਰਿਆਂ ਦੀ ਪਾਇਆ ਕਰਾਂਗੇ। ਥੈਂਕ ਯੂ ਸੋ ਮੱਚ। ਜਿਵੇਂ ਦੇ ਆ ਸਲਾਂਸਰ ਸਿੱਧਾ ਹੀ ਆ, ਇਹਦੇ ਉਰੇ ਹੀਟ ਗਾਰਡ ਨਹੀਂ ਹੈਗੇ, ਉਹਦੇ ਹੀਟ ਗਾਰਡ ਲੱਗਿਆ ਹੋਇਆ ਤੁਹਾਨੂੰ ਦਿਖਾਉਣਾ, ਉਰੇ ਚਲੋ ਫਿਰ ਵੀ ਗਰਮ ਦਾ ਚੱਕਰ ਪੈ ਸਕਦਾ। ਹਾਲੇ ਹੋਟ ਹੀਟ ਗਾਰਡ ਵਧੀਆ ਹੈ, ਅਤੇ ਮਗਰ ਗਰਮ ਹਵਾ ਜਾਣ ਤੋਂ ਇੱਕ ਇੱਧਰ ਲੱਗਿਆ ਹੋਇਆ ਹੀਟ ਗਾਰਡ, ਇੱਕ ਦੂਸਰੀ ਸਾਈਡ ਲੱਗਿਆ ਹੋਇਆ। ਕਾਹ ਲੱਗਿਆ ਹੋਇਆ, ਕਈ ਟਰੈਕਟਰਾਂ ਦੇ ਉਰੇ ਲੱਗੇ ਹੁੰਦੇ, ਜੌਨ ਡੀਅਰ ਦੇ ਉਰੇ ਆਉਂਦਾ ਹੈ, ਇਹ ਉੱਥੇ ਹੀ ਹਵਾ ਪੂਰੀ ਰੋਕਦਾ, ਮਗਰ ਗਰਮ ਹਵਾ ਆਉਣ ਨਹੀਂ ਦਿੰਦੇ, ਉਹਦੇ ਕਰਕੇ ਉਰੇ ਕੋਈ ਜ਼ਰੂਰਤ ਨਹੀਂ। ਅਤੇ ਨਾਲੇ ਉਰੇ ਚੜ੍ਹਨ ਨੂੰ ਉਡੀਕਾਂ ਨਹੀਂ ਲੱਗਦਾ, ਉਰੇ ਸਹੀ ਆ, ਸਾਰੀ ਗਰਮ ਹਵਾ ਥੱਲੇ ਆਉਂਦੀ ਆ, ਡਰਾਈਵਰ ਤੱਕ ਨਹੀਂ ਪਹੁੰਚਦੀ। ਫਰਕ ਆ ਜਿਵੇਂ ਇਹਦੇ ਆ ਫੈਂਡਰ ਆਉਂਦੇ ਨੇ, ਉਹਦੇ ਆਉਂਦੇ ਨਹੀਂ ਹੈਗੇ, ਉਹਦੇ ਸਿੰਪਲ ਮਗਰਾਟ ਨੇ, ਇਹਦੇ ਆ ਲੱਗੇ ਪਏ ਨੇ, ਕੰਪਨੀ ਆਪਦੀ ਡਿਜ਼ਾਇਨਿੰਗ ਆ, ਉਹਦੇ ਲਾਉਂਦੀ ਨਹੀਂ, ਕੀ ਕਹਿ ਸਕਦੇ ਹਾਂ।
ਉਹ ਉਦਾਂ ਹੀ ਸੋਹਣੇ ਲੱਗਦੇ ਨੇ ਕਿਉਂਕਿ ਉਹਦੇ ਟਾਇਰ ਛੋਟੇ ਨੇ, ਜੇ ਉਹ ਫੈਂਟਰ ਲਾ ਦੇ ਫਿਰ ਬਾਹਲੇ ਅੰਦਰ ਟਾਇਰ ਵੱਜ ਜਾਣਗੇ, ਇਹਦੇ ਟਾਇਰ ਵੱਡੇ ਨੇ ਤਾਂ ਕਰਕੇ ਲਾਉਂਦੇ ਨੇ ਕਵਰ, ਸੋਹਣਾ ਲੱਗਦਾ ਹੈ। ਅਤੇ ਸ਼ਟਲ ਗੇਅਰ 'ਚ ਵੀ ਆਉਂਦਾ ਹੈ ABC, ਜੇ ਜ਼ਿਆਦਾ ਤਾਂ ਹੁਣ ਚਲੋ ਰਿਕਮੈਂਡ ਗਾ ਅੱਗੇ ਅੱਗੇ ABC ਉਹ ਚੱਲ ਰਿਹਾ ਸ਼ਟਲ ਗੇਅਰ ਵਾਲਾ, ਬਾਕੀ ਹਰੇਕ ਦੀ ਆਪਦੀ ਆਪਦੀ ਪਸੰਦ ਆ, ਕੋਈ ਇਹਨੂੰ ਵੀ ਪਸੰਦ ਕਰਦਾ ਇਹਨੂੰ ਵੀ ਲੈਂਦੇ ਨੇ ਲੋਕ, ਹਰੇਕ ਦੀ ਆਪਦੀ ਆਪਦੀ ਪਸੰਦ ਆ। ਟਰੈਕਟਰ ਕੋਈ ਨਹੀਂ ਮਾੜਾ ਵੀਰੇ, ਕੰਪਨੀ ਕੋਈ ਨਹੀਂ ਮਾੜੀ, ਸਭ ਵਧੀਆ ਨੇ, ਹਰੇਕ ਦੀ ਆਪਦੀ ਚੋਇਸ ਆ, ਹਰੇਕ ਦੀ ਆਪਦੀ ਪਸੰਦ ਆ।